ਇੱਕ ਹੱਸਦੇ ਵਸਦੇ ਪਰਿਵਾਰ ਤੇ ਕਹਿਰ ਟੁੱਟ ਪਿਆ, ਜਿੱਥੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਚਾਚੇ ਭਤੀਜੇ ਦੀ ਥਾਂ ਹੀ ਜਾਨ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਚਾਚਾ ਫੌਜੀ ਹੈ ਜੋ 15 ਦਿਨ ਦੀ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਤੇ ਉਸਦੇ ਨਾਲ ਭਤੀਜਾ ਵੀ ਸੀ ਜੋ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ। ਇਸੇ ਦੌਰਾਨ ਹੀ ਅਸਮਾਨੋਂ ਬਿਜਲੀ ਡਿੱਗੀ ਤੇ ਦੋਨਾਂ ਦੀ ਹੀ ਖੇਤਾਂ ਦੇ ਵਿੱਚ ਥਾਂ ਹੀ ਜਾਨ ਨਿਕਲ ਗਈ। ਇੱਕੋ ਹੀ ਘਰ ਦੇ ਵਿੱਚ ਦੋ ਲਾਸ਼ਾਂ ਵਿਛੀਆਂ ਹੋਈਆਂ ਨੇ ਤੇ ਇੱਕੋ ਹੀ ਘਰ ਚੋਂ ਦੋ ਅਰਥੀਆਂ ਉੱਠ ਰਹੀਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਮਲਾ ਜਲਾਲਾਬਾਦ ਦੇ ਪਿੰਡ ਚੱਕ ਵਜੀਦਾ ਦਾ ਹੈ, ਜਿੱਥੇ ਕਿ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਚਾਚੇ ਭਤੀਜੇ ਦੀ ਮੌਤ ਹੋਈ ਹੈ। ਚਾਚਾ ਜੋ ਕਿ ਫੌਜੀ ਹੈ ਅਤੇ 15 ਦਿਨ ਦੀ ਛੁੱਟੀ ਤੇ ਆਇਆ ਹੋਇਆ ਸੀ ਤੇ ਭਤੀਜਾ ਵੀ ਜੋ ਕਿ ਇੱਕ ITI ਦਾ ਕੋਰਸ ਕਰ ਰਿਹਾ ਸੀ, ਡਿਪਲੋਮਾ ਕਰ ਰਿਹਾ ਸੀ, ਤਾਂ ਉਹ ਵੀ ਛੁੱਟੀ ਤੇ ਸੀ ਤੇ ਆਪਣੇ ਚਾਚੇ ਦੇ ਨਾਲ ਖੇਤਾਂ 'ਚ ਕੰਮ ਕਰਾ ਰਿਹਾ ਸੀ। ਦੋਵੇਂ ਚਾਚਾ ਭਤੀਜਾ ਖੇਤਾਂ ਦੇ ਵਿੱਚ ਲੱਗੇ ਹੋਏ ਸਨ ਕਿ ਇਸੇ ਦੌਰਾਨ ਹੀ ਅਸਮਾਨ ਤੋਂ ਬਿਜਲੀ ਡਿੱਗੀ ਅਤੇ ਦੋਨਾਂ ਦੀ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਖੇਤ ਵਿੱਚ ਇਹ ਦੋਵੇਂ ਕੰਮ ਕਰ ਰਹੇ ਸਨ ਉਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਇਲਾਕੇ 'ਚ ਪੈਂਦਾ ਹੈ। ਇਸੇ ਖੇਤ ਵਿੱਚ ਦੋਵੇਂ ਲੱਗੇ ਹੋਏ ਸਨ ਕਿ ਜਦੋਂ ਅਚਾਨਕ ਬਰਸਾਤ ਸ਼ੁਰੂ ਹੋ ਗਈ ਤੇ ਫਿਰ ਬਿਜਲੀ ਕੜਕੀ ਤੇ ਅਸਮਾਨ ਤੋਂ ਬਿਜਲੀ ਸਿੱਧਾ ਇਹਨਾਂ ਚਾਚੇ ਭਤੀਜੇ ਦੇ ਉੱਤੇ ਡਿੱਗ ਗਈ ਤੇ ਦੋਨਾਂ ਦੀ ਥਾਂ ਹੀ ਜਾਨ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਫੌਜੀ ਕਸ਼ਮੀਰ ਸਿੰਘ ਜੋ ਕਿ ਫੌਜ ਦੇ ਵਿੱਚ ਡਿਊਟੀ ਤੇ ਤੈਨਾਤ ਸੀ ਤੇ 15 ਦਿਨ ਦੀ ਛੁੱਟੀ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਤੇ ਇਸੇ ਦੌਰਾਨ ਉਸਦਾ ਭਤੀਜਾ ਵੀ ਉੱਥੇ ਸੀ ਤਾਂ ਉਹ ਦੋਵੇਂ ਹੀ ਖੇਤਾਂ ਵਿੱਚ ਕੰਮ ਕਰਨ ਚਲੇ ਗਏ। ਮੌਸਮ ਖਰਾਬ ਸੀ ਤਾਂ ਅਚਾਨਕ ਖੇਤਾਂ ਦੇ ਵਿੱਚ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਫਿਰ ਬਿਜਲੀ ਕੜਕੀ ਤੇ ਅਸਮਾਨੀ ਬਿਜਲੀ ਚਾਚੇ ਭਤੀਜੇ ਦੇ ਉੱਤੇ ਡਿੱਗ ਗਈ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਸਾਹਮਣੇ ਹੀ ਇੱਕੋ ਹੀ ਘਰ ਦੇ ਵਿੱਚ ਪਰਿਵਾਰ ਦੇ ਦੋ ਜੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ ਤੇ ਇੱਕੋ ਹੀ ਘਰ 'ਚ ਉਹਨਾਂ ਦੀ ਅਰਥੀ ਵੀ ਉੱਠ ਰਹੀ ਹੈ। ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਸਿੰਘ ਜਿਸ ਦੀ 7 ਸਾਲਾਂ ਦੀ ਇੱਕ ਬੱਚੀ ਹੈ, ਹਾਲਾਂਕਿ ਉਸਦੀ ਆਪਣੀ ਕੋਈ ਔਲਾਦ ਨਹੀਂ ਸੀ ਤਾਂ ਕਸ਼ਮੀਰ ਸਿੰਘ ਨੇ ਇਹ ਬੱਚੀ ਗੋਦ ਲਈ ਹੋਈ ਸੀ। ਹੁਣ ਉਸਦੇ ਸਿਰ ਤੋਂ ਵੀ ਪਿਤਾ ਦਾ ਸਾਇਆ ਉੱਠ ਗਿਆ ਹੈ। ਪਰਿਵਾਰ ਤੋਂ ਇਹ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ ਅਤੇ ਰੋ ਰੋ ਪਰਿਵਾਰ ਬੇਹਾਲ ਹੋ ਗਿਆ ਹੈ। ਘਟਨਾਕ੍ਰਮ ਜੀ, ਚੱਕੀਵਾ ਇਹਨਾਂ ਦੀ ਖੇਤੀ ਹੈ ਜੀ, ਉੱਥੇ ਸਾਡੇ ਖੇਤ ਨਾਲ ਖੇਤ ਹੀ ਇਹਨਾਂ ਦਾ। ਕਸ਼ਮੀਰ ਸਿੰਘ ਫੌਜੀ ਹੈ ਜੋ ਅਸਾਮ ਰਾਈਫਲ 'ਚ ਹੈਗੇ ਨੇ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ ਉਹਨਾਂ ਦੀ ਉਹਦੇ ਭਤੀਜਾ ਅਤੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਦੋਨੋਂ ਇਕੱਠੇ ਕੰਮ ਕਰ ਰਹੇ ਸੀ ਖੇਤ 'ਚ, ਅਸਮਾਨੀ ਬਿਜਲੀ ਡਿੱਗਣ ਨਾਲ ਉਹਨਾਂ ਦੀ ਮੌਤ। ਇਹ ਹੈ ਕਿ ਵੀ ਅਸੀਂ ਡਰ ਦੇ ਕਾਰਨ ਅਸੀਂ ਵੀ ਨੇੜੇ ਨਹੀਂ ਗਏ, ਜਦੋਂ ਕਿ ਕੁਛ 20 ਵਾਲੇ ਅਤੇ ਕੁਛ ਹੋਰ ਬੰਦੇ ਬਾਅਦ 'ਚ ਆ ਕੇ ਇਹਨਾਂ ਨੂੰ ਚੱਕਿਆ ਅਤੇ ਜਾ ਕੇ ਘੁਮਾਇਆ। ਇਹ ਤਕਰੀਬਨ 6 ਵਜੇ ਦੀ ਜੀ, ਸਾਡੇ ਕਿਸ਼ੇ ਚੱਕ ਵਜੀਦਾ ਜੀ, ਕਸ਼ਮੀਰ ਸਿੰਘ ਫੌਜੀ ਹੈ ਜੀ, ਦੂਸਰਾ ਸੋਨਾ ਸਿੰਘ ਪੁੱਤਰ ਜਗਿੰਦਰ ਸਿੰਘ ਉਹਦਾ ਭਤੀਜਾ। ਛੁੱਟੀ ਆਏ ਸੀ? ਹਾਂਜੀ ਛੁੱਟੀ ਆਏ ਸੀ। ਇਹ ਡਿਊਟੀ ਅਸਾਮ ਰਾਈਫਲ 'ਚ ਗਏ, ਮੈਨੂੰ ਪੱਕਾ ਨਹੀਂ ਪਤਾ ਕਿਹੜੀ ਜਗ੍ਹਾ ਦਾ ਡਿਊਟੀ, ਅਸਾਮ 'ਚ ਹੋਣਗੇ। ਮੇਰਾ ਨਾਂ ਜੋਗਿੰਦਰ ਸਿੰਘ ਜੀ, ਚੱਕ ਵਜੀਦਾ ਦਰਿਆ ਨਾਲੇ। ਅਸੀਂ ਜੋਨਾ ਸ਼ੁਰੂ ਕੀਤਾ ਸੀਗਾ ਜੀ, ਫੜ ਕਰਕੇ ਤੇ ਪੱਠੇ ਵੱਢੇ ਨੇ ਅਸੀਂ ਸਾਰਿਆਂ ਨੇ ਇਕੱਠੇ ਹੀ ਪੱਠੇ ਵੱਢ ਕੇ ਤੇ ਗਏ ਨੇ ਗੇੜਾ ਮਾਰਨ ਵਾਸਤੇ ਤੇ ਅਸੀਂ ਪੱਠੇ ਲੱਦੇ ਦੇ ਹੀ ਪਏ ਸੀਗੇ ਤੇ ਇਹਦੇ ਅਸਮਾਨੀ ਬਿਜਲੀ ਚਮਕ ਵੱਜੀ ਹੈ, ਅਸੀਂ ਭੱਜ ਕੇ ਗਏ ਤੇ ਦੋਨੇ ਡਿੱਗੇ ਪਏ ਸੀਗੇ ਜੀ। ਹਾਂਜੀ ਮੌਕੇ 'ਤੇ ਹੋ ਗਏ ਜੀ, ਇੱਕ ਮੇਰਾ ਬ੍ਰਦਰ ਹੈ ਅਤੇ ਇੱਕ ਮੇਰਾ ਬੱਚਾ ਮੁੰਡਾ ਹੈਗਾ ਜੀ। ਬ੍ਰਦਰ ਦੀ ਉਮਰ ਹੋਏਗੀ ਜੀ ਤਕਰੀਬਨ 35-40 ਸਾਲ ਤੱਕ ਜੀ। ਬੱਚਾ ਇੱਕ ਹੈਗਾ, ਕੁੜੀ ਆਏ ਜੀ, ਬੇਟੇ ਦੇ ਅਨਮੈਰਿਡ ਹੈ ਜੀ, ਉਹਦੀ ਉਮਰ ਹੋਏਗੀ ਜੀ 20 ਸਾਲ ਤੱਕ, 25-26 ਸਾਲ ਜੀ। ਕਰਨਾ ਸਾਡਾ ਸਾਰਾ ਘਰ ਜੀ ਤੇ ਜਿਵੇਂ ਕਹਿੰਦੇ ਨੇ ਕੁਛ ਨਹੀਂ ਰਹਿ ਗਿਆ ਜੀ ਹੁਣ। ਭਤੀਜਾ ਸੀ ਉਹ ਦੋਵੇਂ ਨੇ ਕੜਾਈ ਛਿੱਕੀ ਜਾਂਦੇ ਸੀ, ਕੜਾਈ ਛਿੱਕੀ ਯਕਦਮ ਲਾਈਟ ਪਈ ਤੇ ਦੋਵੇਂ ਡਿੱਗ ਗਏ ਸੀ, ਡਿੱਗ ਪਏ ਨੇ ਫੱਡ ਵਿੱਚ। ਅਸੀਂ ਭੱਜੇ ਹੈ ਕੋਈ ਲਾਈਟ ਲੱਗ ਕੀ ਹੋ ਖਰੇ, ਯਕਦਮ ਕੋਲ ਗਏ ਹੈ ਤੇ ਉਹ ਮੁਕੇ ਪਏ ਸੀ।
ਤੇ ਅਸੀਂ ਮੁੜ ਸਾਰੇ ਬੰਦੇ ਨੇ ਹੱਦ ਮਾਰਾ ਇਹਨਾਂ ਦੇ ਰਾਣ ਨੂੰ ਮਾਰਾ ਜਗਿੰਦਰ ਨੂੰ ਹੱਦ ਹੈ ਵੀ ਜਲਦੀ ਜਲਦੀ ਆਓ ਅੱਜ ਮੁੰਡੇ ਨੂੰ ਕੋਈ ਲਾਈਟ ਲੱਗ ਗਈ ਜੀ ਇਹਨਾਂ ਵੇਖਦੇ ਮੁੜ ਜਦੋਂ ਦੁਬਾਰਾ ਲਾਈਟ ਪੈਂਦੀ ਅਸੀਂ ਭੱਜ ਗਏ ਜੀ ਦੁਬਾਰਾ ਲਾਈਟ ਆਈ ਮੁੜ ਭੱਜ ਗਏ ਸੀ ਉਹ ਤੇ ਵਿੱਚ ਵੀਰ ਅਸੀਂ ਜੱਲਾ ਨੀ ਗਿਆ ਵੇਖਣ ਗਿਆ ਅਸੀਂ ਕੋਈ ਰੁਕੇ ਕੋਈ ਨੀ ਨੇੜੇ ਨੀ ਗਿਆ ਜੀ ਕਰੀਬ 6 ਵਜੇ ਦਾ ਟਾਈਮ ਸੀ ਜੀ ਤੇ ਅਸਮਾਨੀ ਬਿਜਲੀ ਗਿਰੀ ਹੈ ਜਿਹਦੇ ਨਾਲ ਇਹ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਇਹ ਆਪਣੇ ਝੋਨੇ ਦੀਆਂ ਵੱਟਾਂ ਬਣਾ ਰਹੇ ਸੀ ਇਕੱਠੇ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਮਤਲਬ ਇਹਨਾਂ ਦੀ ਉੱਥੇ ਡੈਥ ਹੋ ਗਈ ਮੌਕੇ 'ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ 'ਤੇ ਕੋਈ ਪੱਠੇ ਵੱਢ ਰਿਹਾ ਸੀ ਕੋਈ ਸ਼ੋਰ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਵਾਂ ਦੀ ਡੈਥ ਹੋ ਗਈ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ 'ਚ ਛੁੱਟੀ ਆਇਆ 15 ਦਿਨ ਦੀ ਅਤੇ ਦੂਜਾ ਮੁੰਡਾ ਜਿਹੜਾ ਉਹ ਬੀਏ ਕੀਤੀ ਹੋਈ ਹੈ ਯੰਗ ਏਜ ਨੇ ਦੋਵੇਂ ਬਸ ਕਾਰਵਾਈ ਜੋ 174 ਦੀ ਕਾਰਵਾਈ ਕਰਾਂਗੇ ਜੋ ਵੀ ਬਣਦੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ